ਬਾਈ 18 ਸਾਲਾਂ ਦੀ ਜੇਲ੍ਹ ਕੱਟ ਕੇ ਆਇਆ, ਆਪਣੀ ਪੁੱਤ ਨੂੰ ਨਹਿਰ ਵਿੱਚ ਸੁੱਟਤਾ ਸੀ। ਘਰਵਾਲੀ ਨੇ ਬਿਆਨ ਦਿੱਤੇ, ਮਾਂ ਕਿਸੇ ਦੁੱਖ 'ਚ ਮਰ ਗਈ, ਮੇਰੇ ਪੁੱਤ ਨੇ ਮੇਰਾ ਪੋਤਾ ਮਾਰਤਾ। ਉਹਨਾਂ ਨਹਿਰਾਂ 'ਤੇ ਘੁੰਮ ਰਿਹਾ ਜਿੱਥੇ ਨਹਿਰਾਂ 'ਤੇ ਆਪਦਾ ਪੁੱਤ ਸੁੱਟਿਆ ਸੀ ਨਹਿਰਾਂ 'ਚ। ਕਈ ਵਾਰ ਸਾਡੇ ਕੀਤੇ ਹੋਏ ਗੁਨਾਹ ਆ ਜਿਹੜੇ, ਉਹ ਕਿਸ ਕਦਰ ਸਾਨੂੰ ਸਾਡੀ ਜ਼ਿੰਦਗੀ ਨੂੰ, ਸਾਡੇ ਆਪਣਿਆਂ ਦੀ ਜ਼ਿੰਦਗੀ ਨੂੰ ਤਹਿਸ ਨਹਿਸ ਕਰਦੇ, ਅਤੇ ਅੱਜ ਵੀ ਲੱਭਦਾ ਫਿਰਦਾ ਮਿੱਟੀ ਵਿੱਚ ਗਵਾਚੇ ਹੋਏ ਲਾਲਾ। 24-25 ਸਾਲਾਂ ਦਾ ਗੱਭਰੂ ਸ਼ਹਿਰ ਪਿਆ ਉਹਦੇ ਬਰਾਬਰ ਮੋਢੇ ਨਾਲ ਮੋਢਾ ਲਾਉਂਦਾ, ਪਰ ਅੱਜ ਉਸੇ ਮੋਢਿਆਂ 'ਤੇ ਵਜਨ ਆ, ਉਸੇ ਪੁੱਤ ਨੂੰ ਮਾਰਦਾ, ਦੁਆਲੇ ਦਾ ਢੇਰ ਲੈ ਕੇ ਮੋਢਿਆਂ 'ਤੇ ਚੱਕ ਕੇ ਦਰ ਦਰ ਦੀਆਂ ਠੋਕਰਾਂ ਖਾਂਦਾ, ਮੁਲਾਕਾਤ ਜਾਂਦਾ ਸੀ। 18 ਸਾਲ ਤੱਕ ਕੋਈ ਪੁੱਛਣ ਵੀ ਨਹੀਂ ਗਿਆ ਵੀ ਤੂੰ ਜਿਉਂਦਾ ਕਿ ਮਰ ਗਿਆ। ਜਿਵੇਂ ਜਦੋਂ ਉਹਦੀ ਨਿਗਾਹ ਪੁੱਠੀ ਹੁੰਦੀ ਆ, ਗਲੀਆਂ 'ਚ ਤੀਵੀਂ ਬਣਾ ਕੇ ਨੱਚਣ ਲੱਗਦਾ ਬੰਦੇ, ਆਪਦੇ ਹੰਕਾਰ 'ਚ ਆ ਕੇ ਕੋਈ ਪੁੱਠਾ ਕਰਮ ਕਰਦਾ, ਜਦੋਂ ਆਪਣੇ ਖੂਨ ਨੂੰ ਖਤਮ ਕਰਨ 'ਤੇ ਤੁਰ ਪੈਂਦਾ, ਤਾਂ ਮਰਦ ਤੋਂ ਔਰਤ ਬਣਾ ਲੈਂਦਾ ਉਹ ਪਰਿਵਾਰ। ਕਿਉਂਕਿ ਇਹ ਮੇਰੀ ਬੇਨਤੀ ਆ, ਕਿਉਂਕਿ ਉੱਥੇ ਭਾਵੇਂ ਮਰਾਂ ਭਾਵੇਂ ਜੀਵਾਂ, ਠੀਕ ਆ ਨਾ, ਕਿਉਂਕਿ ਮੇਰੇ ਤੋਂ ਬਾਈ ਦੁੱਖ ਨਹੀਂ ਦੇਖੇ ਜਾਂਦੇ, ਕਿਉਂਕਿ ਮੈਂ ਦੁੱਖੀ ਹੀ ਕੋਈ ਹੌਸਲਾ ਦਾ। ਜਿਹੜੇ ਜਵਾਕ ਸੀਗੇ ਉਹਨੇ ਨਹਿਰ ਦੇ ਵਿੱਚ ਸਿੱਟ ਦਿੱਤੇ ਸੀਗੇ। ਉਸ ਤੋਂ ਬਾਅਦ ਜਿਹੜਾ 18 ਸਾਲ ਦੀ ਜਿਹੜੀ ਆ ਲੰਬੀ ਜੇਲ੍ਹ ਆ, ਉਹ ਕੱਟ ਕੇ ਆਇਆ ਸਾਡਾ ਵੀਰ, ਅਤੇ ਅੱਜ ਕੱਲ੍ਹ ਜਿਹੜਾ ਹੈਗਾ ਉਹ ਇਸੇ ਤਰ੍ਹਾਂ ਸੜਕ ਦੇ ਉੱਤੇ ਰਾਤਾਂ ਕੱਟ ਰਿਹਾ। ਆਹ ਦੇਖੋ ਤੁਸੀਂ, ਕਿਤੇ ਰਵੀ ਕੰਬੋਜਿਆ ਹਸਪਤਾਲ ਕੋਲੇ, ਕਿਤੇ ਸਰਕਾਰੀ ਹਸਪਤਾਲ ਦੇ ਕੋਲੇ। ਅੱਜ ਅਸੀਂ ਹੁਸਨਰ ਰੋਡ ਤੇ ਖੜੇ ਹਾਂ, ਹੁਸਨਰ ਪਿੰਡ ਦੇ ਵਿੱਚ। ਅੱਜ ਬਾਈ ਦੇ ਹਾਲਾਤ ਦੇਖੋ ਤੁਸੀਂ ਕੀ ਬਣ ਚੁੱਕੇ ਆ, ਤੇ ਅਸੀਂ ਜਿਹੜਾ ਹੈਗਾ ਬੇਨਤੀ ਕਰਦੇ ਹਾਂ ਬਾਈ ਮਿੰਟੂ ਜੀ ਨੂੰ, ਮਨੁੱਖਤਾ ਦੀ ਸੇਵਾ ਸੁਪਨਿਆਂ ਦੇ ਘਰ ਦੇ ਵਿੱਚ ਸਾਡੇ ਜਿਹੜਾ ਇਸ ਵੀਰ ਨੂੰ ਉਹ ਲੈ ਕੇ ਜਾਣ। ਅਸੀਂ ਬੇਨਤੀ ਕਰਦੇ ਹਾਂ ਬਾਈ ਜੀ ਨੂੰ ਕਿ ਇਸ ਤਰ੍ਹਾਂ ਦੇਖੋ ਤੁਸੀਂ, ਇਹ ਸੜਕਾਂ ਦੇ ਜਿਹੜੀਆਂ ਰਾਤਾਂ ਕੱਟ ਰਿਹਾ ਬਾਈ, ਇਸ ਤਰ੍ਹਾਂ ਆਉਣਾ ਕਿਤੇ ਇਹ, ਤੂੰ ਚੱਲ ਸਾਡੇ ਨਾਲ ਯਾਰ। ਨਹੀਂ ਬਾਈ, ਮੈਂ ਤੈਨੂੰ ਅੱਗੇ ਇੱਥੇ ਛੱਡ ਦਿੰਦੇ ਆ। ਨਹੀਂ, ਤੂੰ ਪਿੱਛੇ ਨਹੀਂ ਮੁੜਦਾ, ਤੈਨੂੰ ਅੱਗੇ ਛੱਡ ਦਿੰਦਾ। ਕਿੱਥੇ ਜਾਣ ਦੀ ਲੋੜ ਨਹੀਂ ਬਾਬਾ, ਰਾਤ ਕਾਫੀ ਸਮੇਂ ਤੋਂ ਜਿਹੜਾ ਹੈ ਉਹ ਸੜਕ ਤੇ ਜਿਹੜਾ ਹੈਗਾ ਵੀ ਆਪਣੀਆਂ ਰਾਤਾਂ ਕੱਟ ਰਿਹਾ ਸੀਗਾ, ਤੇ ਉਹਨਾਂ ਦੀ ਵੀਡੀਓ ਜਿਹੜੀ ਅਸੀਂ ਬਾਈ ਗੁਰਪ੍ਰੀਤ ਸਿੰਘ ਜੀ ਮਿੰਟੂ ਮਨੁੱਖਤਾ ਦੀ ਸੇਵਾ ਹਸਨਪੁਰ ਉਹਨਾਂ ਨੂੰ ਭੇਜੀ ਸੀ, ਅਤੇ ਅੱਜ ਉਹਨਾਂ ਦਾ ਜੋ ਜਵਾਬ ਆਇਆ ਕਿ ਤੁਸੀਂ ਬਾਈ ਬਲਵੀਰ ਨੂੰ ਸਾਡੇ ਕੋਲ ਲੈ ਕੇ ਆਓ, ਅਤੇ ਅੱਜ ਅਸੀਂ ਬਾਈ ਬਲਵੀਰ ਨੂੰ ਜਿਹੜਾ ਹੈਗਾ ਮਨੁੱਖਤਾ ਦੀ ਸੇਵਾ ਸੁਪਨਿਆਂ ਦੇ ਘਰ ਵਿਖੇ ਜਿਹੜਾ ਹੈਗਾ ਲੈ ਕੇ ਜਾ ਰਹੇ ਹਾਂ, ਤਾਂ ਜੋ ਉਹਨਾਂ ਦਾ ਜਿਹੜਾ ਇਲਾਜ ਹੈ ਉਹ ਸ਼ੁਰੂ ਹੋ ਸਕੇ। ਅਤੇ ਅਸੀਂ ਬਾਈ ਮਿੰਟੂ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਨੂੰ ਜਿਹੜਾ ਹੈਗਾ ਸੇਵਾ ਨਿਭਾਉਣ ਦਾ ਮੌਕਾ ਦਿੱਤਾ। ਬਾਈ ਮਿੰਟੂ ਜੀ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਇੱਕ ਅਜਿਹਾ ਮਾਮਲਾ ਤੁਹਾਡੇ ਸਾਹਮਣੇ ਰੱਖਣ ਲੱਗਿਆ ਜੋ ਕਿ ਤੁਹਾਨੂੰ ਵੀ ਝੰਜੋੜ ਕੇ ਰੱਖ ਦੇਵੇਗਾ। ਕਿਸ ਤਰ੍ਹਾਂ ਇੱਕ ਸ਼ਖਸ ਵੱਲੋਂ ਆਪਣੇ ਹੀ ਪੁੱਤ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਜਾਂਦਾ, ਜਿਸ ਤੋਂ ਬਾਅਦ ਉਸ ਨੂੰ 18 ਸਾਲ ਦੀ ਕੈਦ ਹੁੰਦੀ ਹੈ, ਪੂਰਾ ਘਰ ਉੱਜੜ ਜਾਂਦਾ, ਤੇ ਪੂਰਾ ਮਾਮਲਾ ਕੀ ਹੈ, ਕੀ ਕਾਰਨ ਬਣਿਆ, ਕੀ ਉਸ ਦੇ ਪਿੱਛੇ ਕਾਰਨ ਸੀ, ਅਤੇ ਕੀ ਉਸ ਨੂੰ ਇਸ ਦੇ ਕਰਕੇ ਸਹਿਣਾ ਪਿਆ, ਕੀ ਉਸ ਨੇ ਇਸਦਾ ਮੁੱਲ ਤਾਰਿਆ, ਪੂਰਾ ਮਾਮਲਾ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ। ਕਿਤੇ ਨਾ ਕਿਤੇ ਇਸ ਵੀਡੀਓ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ, ਹਰ ਇੱਕ ਨਾਮ ਹੋਈ। ਪੂਰਾ ਮਾਮਲਾ ਸੁਣਨ ਤੋਂ ਬਾਅਦ
ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਸੋ ਬਿਨਾਂ ਤੁਹਾਡਾ ਜ਼ਿਆਦਾ ਸਮਾਂ ਲਏ ਆਓ ਤੁਹਾਨੂੰ ਲੈ ਚੱਲਦੇ ਹਾਂ ਇਸ ਵੀਡੀਓ ਵੱਲ, ਜਿੱਥੇ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਦੇ ਵੀਰ ਗੁਰਪ੍ਰੀਤ ਸਿੰਘ ਵੱਲੋਂ ਇਸ ਸ਼ਖਸ ਨੂੰ ਫਿਰ ਵੀ ਸੰਭਾਲਿਆ ਗਿਆ। ਫਿਰ ਬੇਸ਼ੱਕ ਇਸਦਾ ਗੁਨਾਹ ਬਹੁਤ ਵੱਡਾ ਸੀ, ਪਰ ਉਸਦੀ ਸਜ਼ਾ ਵੀ ਕਿਤੇ ਨਾ ਕਿਤੇ ਇਸਨੇ ਭੁਗਤ ਲਈ ਸੀ। ਪਰ ਪੂਰਾ ਮਾਮਲਾ ਕੀ ਹੈ ਆਓ ਦੇਖੋ ਇਸ ਵੀਡੀਓ ਦੇ ਵਿੱਚ, ਅਤੇ ਇਸ ਤਰ੍ਹਾਂ ਦੀ ਅਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਨਲਿਮਿਟਡ ਗਿਆਨ ਦੇ ਨਾਲ, ਅਤੇ ਨਵੇਂ ਦੋਸਤ ਜ਼ਰੂਰ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਰ ਇੱਕ ਤਾਜ਼ਾ ਖਬਰ ਅਤੇ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ। ਬਾਈ 18 ਸਾਲਾਂ ਦੀ ਜੇਲ੍ਹ ਕੱਟ ਕੇ ਆਇਆ, ਆਪਣੀ ਪੁੱਤ ਨੂੰ ਨਹਿਰ ਵਿੱਚ ਸੁੱਟਤਾ ਸੀ। ਘਰਵਾਲੀ ਨੇ ਬਿਆਨ ਦੇ ਤੇ ਮਾਂ ਕਿਸੇ ਦੁੱਖ 'ਚ ਮਰ ਗਈ, ਮੇਰੇ ਪੁੱਤ ਨੇ ਮੇਰਾ ਪੋਤਾ ਮਾਰਤਾ। ਉਹਨਾਂ ਨਹਿਰਾਂ 'ਤੇ ਘੁੰਮ ਰਿਹਾ ਜਿੱਥੇ ਨਹਿਰਾਂ 'ਤੇ ਆਪਦਾ ਪੁੱਤ ਸੁੱਟਿਆ ਸੀ ਨਹਿਰਾਂ 'ਚ। ਕਈ ਵਾਰ ਸਾਡੇ ਕੀਤੇ ਹੋਏ ਗੁਨਾਹ ਆ ਜਿਹੜੇ, ਉਹ ਕਿਸ ਕਦਰ ਸਾਨੂੰ ਸਾਡੀ ਜ਼ਿੰਦਗੀ ਨੂੰ, ਸਾਡੇ ਆਪਣਿਆਂ ਦੀ ਜ਼ਿੰਦਗੀ ਨੂੰ ਤਹਿਸ ਨਹਿਸ ਕਰਦੇ, ਅਤੇ ਅੱਜ ਵੀ ਲੱਭਦਾ ਫਿਰਦਾ ਮਿੱਟੀ ਵਿੱਚ ਗਵਾਚੇ ਹੋਏ ਲਾਲਾ। 24-25 ਸਾਲਾਂ ਦਾ ਗੱਭਰੂ ਸ਼ਹਿਰ ਪਿਓ ਦੇ ਬਰਾਬਰ ਮੁੰਡੇ ਨਾਲ ਮੁੰਡਾ ਲਾਉਂਦਾ, ਪਰ ਅੱਜ ਉਸੇ ਮੋਢਿਆਂ 'ਤੇ ਵਜਨ ਆ, ਉਸੇ ਪੁੱਤ ਨੂੰ ਮਾਰਦਾ, ਦੁਆਲੇ ਦਾ ਢੇਰ ਲੈ ਕੇ ਮੋਢਿਆਂ 'ਤੇ ਚੱਕ ਕੇ ਦਰ ਦਰ ਦੀਆਂ ਠੋਕਰਾਂ ਖਾਂਦਾ, ਮੁਲਾਕਾਤ 'ਤੇ ਜਾਂਦਾ ਸੀ। 18 ਸਾਲ ਤੱਕ ਕੋਈ ਪੁੱਛਣ ਵੀ ਨਹੀਂ ਗਿਆ ਵੀ ਤੂੰ ਜਿਉਂਦਾ ਕਿ ਮਰ ਗਿਆ। ਜਿਵੇਂ ਜਦੋਂ ਉਹਦੀ ਨਿਗਾਹ ਪੁੱਠੀ ਹੁੰਦੀ ਆ, ਗਲੀਆਂ 'ਚ ਤੀਵੀਂ ਬਣਾ ਕੇ ਨੱਚਣ ਲੱਗਦਾ ਬੰਦੇ, ਆਪਦੇ ਹੰਕਾਰ 'ਚ ਆ ਕੇ ਕੋਈ ਪੁੱਠਾ ਕਰਮ ਕਰਦਾ, ਜਦੋਂ ਆਪਣੇ ਖੂਨ ਨੂੰ ਖਤਮ ਕਰਨ 'ਤੇ ਤੁਰ ਪੈਂਦਾ ਤਾਂ ਮਰਦ ਤੋਂ ਔਰਤ ਬਣਾ ਲੈਂਦਾ। ਕਿਉਂਕਿ ਇਹ ਮੇਰੀ ਬੇਨਤੀ ਹੈ, ਕਿਉਂਕਿ ਉੱਥੇ ਭਾਵੇਂ ਮਰਾਂ ਭਾਵੇਂ ਜੀਵਾਂ, ਠੀਕ ਹੈ ਨਾ, ਕਿਉਂਕਿ ਮੇਰੇ ਤੋਂ ਬਾਈ ਦੁੱਖ ਨਹੀਂ ਦੇਖੇ ਜਾਂਦੇ, ਕਿਉਂਕਿ ਮੈਂ ਦੁਖੀ ਜਿਹੜੇ ਜਵਾਕ ਸੀਗੇ ਉਹਨੇ ਨਹਿਰ ਦੇ ਵਿੱਚ ਸਿੱਟ ਦਿੱਤੇ ਸੀਗੇ। ਉਸ ਤੋਂ ਬਾਅਦ ਜਿਹੜਾ 18 ਸਾਲ ਦੀ ਜਿਹੜੀ ਆ ਲੰਬੀ ਜੇਲ੍ਹ ਆ ਉਹ ਕੱਟ ਕੇ ਆਇਆ ਸਾਡਾ ਵੀਰ, ਅਤੇ ਅੱਜ ਕੱਲ੍ਹ ਜਿਹੜਾ ਹੈਗਾ ਉਹ ਇਸੇ ਤਰ੍ਹਾਂ ਸੜਕ ਦੇ ਉੱਤੇ ਰਾਤਾਂ ਕੱਟ ਰਿਹਾ। ਆਹ ਦੇਖੋ ਤੁਸੀਂ, ਕਿਤੇ ਰਵੀ ਕੰਬੋਜ ਦੇ ਹਸਪਤਾਲ ਕੋਲੇ, ਕਿਤੇ ਸਰਕਾਰੀ ਹਸਪਤਾਲ ਦੇ ਕੋਲੇ। ਅੱਜ ਅਸੀਂ ਹੁਸਨਰ ਰੋਡ ਤੇ ਖੜੇ ਹਾਂ, ਹੁਸਨਰ ਪਿੰਡ ਦੇ ਵਿੱਚ, ਤੇ ਅੱਜ ਬਾਈ ਦੇ ਹਾਲਾਤ ਦੇਖੋ ਤੁਸੀਂ ਕੀ ਬਣ ਚੁੱਕੇ ਆ, ਤੇ ਅਸੀਂ ਜਿਹੜਾ ਹੈਗਾ ਬੇਨਤੀ ਕਰਦੇ ਹਾਂ ਬਾਈ ਮਿੱਠੂ ਜੀ ਨੂੰ, ਮਨੁੱਖਤਾ ਦੀ ਸੇਵਾ ਸੁਪਨਿਆਂ ਦੇ ਘਰ ਦੇ ਵਿੱਚ ਸਾਡੇ ਜਿਹੜਾ ਇਸ ਵੀਰ ਨੂੰ ਉਹ ਲੈ ਕੇ ਜਾਣ। ਅਸੀਂ ਬੇਨਤੀ ਕਰਦੇ ਹਾਂ ਬਾਈ ਜੀ ਨੂੰ ਕਿ ਇਸ ਤਰ੍ਹਾਂ ਦੇਖੋ ਤੁਸੀਂ ਇਹ ਸੜਕਾਂ ਤੇ ਜਿਹੜੀਆਂ ਰਾਤਾਂ ਕੱਟ ਰਿਹਾ ਬਾਈ, ਇਸ ਤਰ੍ਹਾਂ ਤੂੰ ਚੱਲ ਸਾਡੇ ਨਾਲ ਯਾਰ। ਨਹੀਂ ਬਾਈ, ਤੈਨੂੰ ਅੱਗੇ ਇੱਥੇ ਛੱਡ ਦਿੰਦੇ ਆ, ਨਹੀਂ ਤੂੰ ਪਿੱਛੇ ਨਹੀਂ ਮੁੜਦਾ, ਤੈਨੂੰ ਅੱਗੇ ਛੱਡ ਦਿੰਦਾ। ਕਿੱਥੇ ਜਾਣ ਦੀ ਲੋੜ ਨਹੀਂ ਰਾਤ। ਅੱਛਾ ਇੱਥੇ ਸਾਏਗਾ ਤੂੰ, ਇੱਥੇ ਪਏਗਾ ਤੂੰ, ਚੱਲ ਸਵੇਰੇ ਚੱਲ ਪਏਗਾ, ਰਾਤ ਨੂੰ ਨਹੀਂ ਜਾਂਦਾ ਤਾਂ ਸਵੇਰੇ ਚੱਲ ਪਏਗਾ, ਲਵਾ ਦਿਆਂਗੇ ਤੈਨੂੰ ਕੱਪੜੇ ਨਵੇਂ, ਕੱਪੜੇ ਨਵੇਂ ਪਾ ਦਿਆਂਗੇ, ਤੇਰੇ ਜ਼ਖਮ ਤੇ ਪੱਟੀ ਕਰਾ ਦਿਆਂਗੇ, ਦਵਾਈ ਲਵਾ ਦਿਆਂਗੇ। ਅਸੀਂ ਭਾਈ ਬਲਵੀਰ ਜੀ ਨੂੰ ਜੋ ਕਾਫੀ ਸਮੇਂ ਤੋਂ ਜਿਹੜਾ ਹੈ ਉਹ ਸੜਕ 'ਤੇ ਜਿਹੜਾ ਹੈਗਾ ਵੀ ਆਪਣੀਆਂ ਰਾਤਾਂ ਕੱਟ ਰਿਹਾ ਸੀਗਾ, ਅਤੇ ਉਹਨਾਂ ਦੀ ਵੀਡੀਓ ਜਿਹੜੀ ਅਸੀਂ ਬਾਈ ਗੁਰਪ੍ਰੀਤ ਸਿੰਘ ਜੀ ਮਿੰਟੂ ਮਨੁੱਖਤਾ ਦੀ ਸੇਵਾ ਹਸਨਪੁਰ ਉਹਨਾਂ ਨੂੰ ਭੇਜੀ ਸੀ, ਅਤੇ ਅੱਜ ਉਹਨਾਂ ਦਾ ਜੋ ਜਵਾਬ ਆਇਆ ਕਿ ਤੁਸੀਂ ਬਾਈ ਬਲਵੀਰ ਨੂੰ ਸਾਡੇ ਕੋਲ ਲੈ ਕੇ ਆਓ, ਅਤੇ ਅੱਜ ਅਸੀਂ ਬਾਈ ਬਲਵੀਰ ਨੂੰ ਜਿਹੜਾ ਹੈਗਾ ਮਨੁੱਖਤਾ ਦੀ ਸੇਵਾ ਸੁਪਨਿਆਂ ਦੇ ਘਰ ਵਿਖੇ ਜਿਹੜਾ ਹੈਗਾ ਲੈ ਕੇ ਜਾ ਰਹੇ ਹਾਂ, ਤਾਂ ਜੋ ਉਹਨਾਂ ਦਾ ਜਿਹੜਾ ਇਲਾਜ ਹੈ ਉਹ ਸ਼ੁਰੂ ਹੋ ਸਕੇ। ਅਤੇ ਅਸੀਂ ਬਾਈ ਮਿੰਟੂ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਜਿਹੜਾ ਹੈਗਾ ਸੇਵਾ ਨਿਭਾਉਣ ਦਾ ਮੌਕਾ ਦਿੱਤਾ। ਬਾਈ ਮਿੰਟੂ ਜੀ ਦਾ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਲਵੀਰ ਸਿੰਘ ਪਿੰਡ ਭੁੰਦੜ
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਬਾਈ 18 ਸਾਲਾਂ ਦੀ ਜੇਲ੍ਹ ਕੱਟ ਕੇ ਆਇਆ, ਆਪਣੇ ਪੁੱਤ ਨੂੰ ਨਹਿਰ ਵਿੱਚ ਸੁੱਟਤਾ ਸੀ, ਆਪਣੇ ਖੂਨ ਨੂੰ ਨਹਿਰ ਵਿੱਚ ਸੁੱਟ ਕੇ ਮਾਰਤਾ ਸੀ। ਉਸ ਤੋਂ ਬਾਅਦ ਘਰਵਾਲੀ ਨੇ ਬਿਆਨ ਦੇ ਤੇ ਮਾਂ ਇਸੇ ਦੁੱਖ 'ਚ ਮਰ ਗਈ ਵੀ ਮੇਰੇ ਪੁੱਤ ਨੇ ਮੇਰਾ ਪੋਤਾ ਮਾਰਤਾ, ਅਤੇ ਬਾਈ ਜੇਲ੍ਹ ਚਲਾ ਗਿਆ। 18 ਸਾਲ ਜੇਲ੍ਹ 'ਚ ਰਿਹਾ। ਕੋਈ ਭਰਾ ਸੀ ਬਾਈ ਦਾ ਜਿਹਦੀ ਮੌਤ ਹੋ ਗਈ ਸੀ, ਉਹਦੀ ਮੌਤ ਤੋਂ ਬਾਅਦ ਉਹਦੀ ਘਰਵਾਲੀ ਇਹਦੇ ਸਿਰ ਧਰਤੀ ਸੀ, ਉਹਦਾ ਬੇਟਾ ਜਿਹੜਾ ਇਹਨੇ ਨਹਿਰ ਸੁੱਟਤਾ ਸੀ। ਉਹ ਭੈਣ ਜਿਹਦਾ ਬੇਟਾ ਸੀ ਉਹ ਕੇਸ ਲੜਦੀ ਰਹੀ, ਇਹਨੂੰ ਸਜ਼ਾ ਕਰਾਈ ਉਹਨੇ, ਉਹਨੇ ਅੱਗੇ ਵਿਆਹ ਕਰਾ ਲਿਆ, ਉਹਦੇ ਅੱਗੇ ਆਪਦਾ ਘਰ ਵੱਸਦਾ ਵਾ। ਹੁਣ ਜਦੋਂ 18 ਸਾਲਾਂ ਬਾਅਦ ਘਰ ਆਇਆ, ਅਪਸੈਟ ਹੋਇਆ ਹੋਇਆ, ਘਰ ਖੰਡਰ ਬਣਿਆ ਹੋਇਆ, ਉਸ ਘਰ 'ਚੋਂ ਕੁਛ ਸਮਾਨ ਚੱਕ ਕੇ ਇਹ ਮੋਢੇ 'ਤੇ ਚੱਕ ਕੇ ਆ ਬੈਗ ਅਤੇ ਆ ਬੁੜੀਆਂ ਵਾਲੇ ਕੱਪੜੇ ਪਾ ਕੇ, ਪਤਾ ਨਹੀਂ ਮਾਂ ਦੇ ਕੱਪੜੇ ਆ ਜਾਂ ਉਸੇ ਘਰਵਾਲੀ ਦੇ ਕੱਪੜੇ ਆ ਜਿਹਨੇ ਇਹਨੂੰ ਸਜ਼ਾ ਕਰਾਈ ਆ, ਉਹੀ ਲੇਡੀ ਸੂਟ ਪਾ ਕੇ ਹੁਣ ਉਹਨਾਂ ਨਹਿਰਾਂ 'ਤੇ ਘੁੰਮ ਰਿਹਾ ਜਿੱਥੇ ਨਹਿਰਾਂ 'ਤੇ ਆਪਦਾ ਪੁੱਤ ਸੁੱਟਿਆ ਸੀ ਨਹਿਰਾਂ 'ਚ। ਉੱਥੋਂ ਨੇੜੇ ਤੇੜੇ ਦੇ ਪਿੰਡਾਂ ਦੇ ਵੀਰ ਹੁਣੀ, ਇੱਕ ਤਾਂ ਪਿੰਡ ਹੁਸਨਰ ਪਿੰਡ ਤੋਂ, ਇੱਕ ਦੌਲੇ ਪਿੰਡ ਤੋਂ ਆ ਬਾਈ, ਅਤੇ ਇਹ ਬਾਈ ਭੁੰਦੜ ਪਿੰਡ ਦੇ ਇਸ ਬੰਦੇ ਨੂੰ ਲੈ ਕੇ ਸੁਪਨਿਆਂ ਦੇ ਘਰ ਪਹੁੰਚੇ ਆ। ਸਾਨੂੰ ਵੀਡੀਓ ਭੇਜੀ ਸੀ ਬਾਈਆਂ ਨੇ, ਸਾਨੂੰ ਜਦੋਂ ਦੱਸਿਆ ਬਾਈਆਂ ਨੇ ਵੀ ਇਹਦੋਂ ਆਪਦੇ ਜਵਾਕ ਹੀ ਇਹਦੇ ਹੱਥੋਂ ਮਰ ਗਿਆ ਸੀ, ਵੀ ਇਹ ਜੇਲ੍ਹ ਚਲਿਆ ਗਿਆ ਸੀ, ਅਤੇ ਸਾਡੇ ਮਨ 'ਚ ਵੀ ਭਾਵ ਪੈਦਾ ਹੋਇਆ ਵੀ ਕਿਉਂ ਨਾ ਵੀਰ ਨੂੰ ਆਪਾਂ ਇੱਥੇ ਬੁਲਾਈਏ, ਸੇਵਾ ਕਰ ਸਕੀਏ, ਇਹਦਾ ਪਛਤਾਪ ਹੋ ਸਕੇ, ਅਤੇ ਹੋਰ ਕੋਈ ਭੈਣ ਭਰਾ ਇਸ ਵੀਡੀਓ ਨੂੰ ਦੇਖ ਕੇ ਅਕਲ ਲੈ ਸਕੇ, ਕਿਸੇ ਹੋਰ ਦੀਆਂ ਅੱਖਾਂ ਖੁੱਲ੍ਹ ਸਕਣ ਵੀ ਕਈ ਵਾਰ ਸਾਡੇ ਕੀਤੇ ਹੋਏ ਗੁਨਾਹ ਆ ਜਿਹੜੇ ਉਹ ਕਿਸ ਕਦਰ ਸਾਨੂੰ ਸਾਡੀ ਜ਼ਿੰਦਗੀ ਨੂੰ, ਸਾਡੇ ਆਪਣਿਆਂ ਦੀ ਜ਼ਿੰਦਗੀ ਨੂੰ ਤਹਿਸ ਨਹਿਸ ਕਰ ਦਿੰਦੇ, ਅਤੇ ਉਹਦੀ ਜਦੋਂ ਸਜ਼ਾ ਮਿਲਦੀ ਆ ਉਹ ਇਸ ਜਨਮ 'ਚ ਨਹੀਂ ਪੂਰੀ ਹੁੰਦੀ, ਪਤਾ ਨਹੀਂ ਕਿੰਨੇ ਜਨਮਾਂ ਤੱਕ ਚੱਲਦੀ ਹੈ। ਅੱਜ ਵੀਰ ਆ ਜੀਵਨ ਤਾਂ ਇਹਦਾ ਤੁਸੀਂ ਦੇਖ ਹੀ ਸਕਦੇ ਹੋ ਕਿਹੜੇ ਹਾਲਾਤਾਂ 'ਚ ਨਿਕਲ ਰਿਹਾ, ਬਸ ਜਿਹੜਾ ਅੱਜ ਤੋਂ ਬਾਅਦ ਇਹਨੇ ਜੀਵਨ ਇੱਥੇ ਬਤੀਤ ਕਰਨਾ, ਸੁਪਨਿਆਂ ਦੇ ਘਰ ਰਹਿ ਕੇ ਬਲਵੀਰ ਸਿੰਘ ਸੇਵਾ ਕਰਾ ਸਕੇ, ਪਛਤਾਪ ਕਰ ਸਕੇ, ਗੁਨਾਹ ਮਾਫ਼ ਕਰਾ ਸਕੇ, ਕਾਲਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੈਠ ਸਕੇ। ਅਰਦਾਸ ਕਰਿਓ ਬਾਕੀ ਉਸ ਬੱਚੇ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਅੱਜ ਉਹ 24 ਸਾਲਾਂ ਦਾ ਗੱਭਰੂ ਹੋਣਾ ਸੀ, ਉਦੋਂ 6 ਸਾਲਾਂ ਦਾ ਸੀ, ਅਤੇ ਅੱਜ 18 ਸਾਲਾਂ ਬਾਅਦ ਬਾਹਰ ਆਇਆ ਬਾਈ, ਅਤੇ ਅੱਜ ਉਹ 24-25 ਸਾਲਾਂ ਦਾ ਗੱਭਰੂ ਸ਼ਾਇਦ ਪਿਓ ਦੇ ਬਰਾਬਰ ਮੋਢੇ ਨਾਲ ਮੋਢਾ ਲਾਉਂਦਾ, ਪਰ ਅੱਜ ਉਸੇ ਮੋਢਿਆਂ 'ਤੇ ਵਜਨ ਆ ਉਸੇ ਪੁੱਤ ਨੂੰ ਮਾਰਨ ਦਾ ਜਿਹਨੇ ਇਹਦਾ ਸਹਾਰਾ ਬਣਨਾ ਸੀ। ਬਾਕੀ ਬੇਨਤੀ ਕਰਦੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ, ਇਹਨਾਂ ਦੇ ਰਿਸ਼ਤੇਦਾਰਾਂ ਨੂੰ, ਉਹ ਭੈਣ ਨੂੰ ਜਿਹਦਾ ਕੁੱਖੋਂ ਜਾਇਆ ਸੀ ਉਹ, ਜੇ ਸਾਡੀ ਤੁਸੀਂ ਵੀਡੀਓ ਦੇਖਦੇ ਹਾਂ ਤਾਂ ਸਾਡੇ ਨਾਲ ਸੰਪਰਕ ਕਰਿਓ ਜ਼ਰੂਰ ਜੀ, ਸਾਨੂੰ ਤੁਹਾਡੇ ਵਾਲੇ ਪਾਸੇ ਦੀ ਜਾਣਕਾਰੀ ਵੀ ਮਿਲ ਸਕੇ, ਕਿਉਂਕਿ ਸਾਡੇ ਕੋਲ ਤੁਹਾਡਾ ਕੋਈ ਕੰਟੈਕਟ ਨਹੀਂ ਸੀਗਾ। ਜੋ ਬਾਈ ਉਹਨਾਂ ਨੇ ਗੱਲਾਂ ਦੱਸੀਆਂ ਜਾਂ ਬਲਵੀਰ ਦੇ ਪਿੰਡ ਸਰਪੰਚ ਨਾਲ ਗੱਲ ਕੀਤੀ ਆ ਉੱਥੋਂ ਜਾਣਕਾਰੀ ਮਿਲੀ ਆ, ਅਤੇ ਜਾਂ ਜੋ ਬਲਵੀਰ ਦੱਸ ਰਿਹਾ ਉੱਥੋਂ ਮਿਲੀ ਆ। ਅੱਜ ਬਲਵੀਰ ਸਿੰਘ ਮਲਮੀ ਜੀਵ ਨਾਲ ਮੰਨਦਾ ਤਾਂ ਹੈ, ਪਰ ਹਜੇ ਵੀ ਅੰਦਰੋਂ ਆਵਾਜ਼ ਨਹੀਂ ਨਿਕਲ ਰਹੀ, ਕਹਿੰਦਾ ਖੇਡਦਾ ਡਿੱਗ ਪਿਆ ਸੀ, ਮੈਨੂੰ ਪਤਾ ਹੀ ਨਹੀਂ, ਕਿਉਂਕਿ ਅੱਜ ਵੀ ਉਹ ਸੁੱਧ ਬੁੱਧ ਆਪਣੀ ਖੋਈ ਬੈਠਾ, ਕੂੜੇ ਕਵਾੜੇ ਦਾ ਢੇਰ ਲੈ ਕੇ ਮੋਢਿਆਂ 'ਤੇ ਚੱਕ ਕੇ
ਦਰ ਦਰ ਦੀਆਂ ਠੋਕਰਾਂ ਖਾਂਦਾ ਫਿਰਦਾ। ਸ਼ਾਇਦ ਉਸੇ ਸੂਏ ਉਸੇ ਨਹਿਰ ਦੇ ਪੁਲਾਂ ਦੇ ਜਿੱਥੇ ਗੁਰੂ ਸਰ ਜੌੜੀਆਂ ਪੁਲਾਂ ਦੇ ਨਹਿਰ ਆ, ਜਿੱਥੇ ਪੁੱਤ ਡਿੱਗਿਆ ਸੀ ਨਹਿਰ 'ਚ, ਉੱਥੇ ਅੱਜ ਵੀ ਲੱਭਦਾ ਫਿਰਦਾ ਮਿੱਟੀ ਵਿੱਚ ਗਵਾਚੇ ਹੋਏ ਲਾਲਾਂ ਨੂੰ। ਮਿੱਟੀ ਨਾਲ ਫਰੋਲ ਜੋ ਗਿਆ ਨਹੀਂ, ਉਹ ਲੱਭਣੇ ਲਾਲ ਗਵਾਚ। 18 ਸਾਲ ਪਹਿਲਾਂ ਕੀਤੀ ਗਲਤੀ ਮੁੜ ਕੇ ਨਹੀਂ ਆਉਂਦੀ, ਮੂੰਹ 'ਚੋਂ ਨਿਕਲਿਆ ਹੋਇਆ ਲਾਭ 'ਚ ਵਾਪਸ ਨਹੀਂ ਪੈਂਦਾ, ਵਕਤ ਮੁੜ ਕੇ ਨਹੀਂ ਆਉਂਦਾ। ਬੇਨਤੀ ਹੈ ਭੈਣੋ ਅਤੇ ਭਰਾਵੋ, ਜੇ ਕਿਸੇ ਗੱਲ ਦਾ ਕਿਸੇ ਨਾਲ ਗੁੱਸਾ ਹੈ, ਜੇ ਕਿਸੇ ਨਾਲ ਨਫ਼ਰਤ ਹੈ, ਉਹ ਘਟਾਈ ਜਾ ਸਕਦੀ ਆ, ਉਹ ਪਿਆਰ 'ਚ ਤਬਦੀਲ ਕੀਤੀ ਜਾ ਸਕਦੀ ਆ, ਪਰ ਕਿਸੇ ਦੀ ਲਈ ਹੋਈ ਜਾਨ ਵਾਪਸ ਨਹੀਂ ਮਿਲ। ਅੱਜ ਬਲਵੀਰ ਸਿੰਘ ਦਾ ਪੁੱਤ ਮੁੜਨਾ ਨਹੀਂ, ਅੱਜ ਉਹ ਬਲਵੀਰ ਸਿੰਘ ਦਾ ਕੀਤਾ ਹੋਇਆ ਗੁਨਾਹ ਬਖਸ਼ਿਆ ਨਹੀਂ ਜਾ ਰਿਹਾ। 18 ਸਾਲ ਲਾਇਆ ਜੇਲ੍ਹ 'ਚ, ਅੱਜ ਵੀ ਕਈ ਗੁਣਾ ਵੱਧ ਬੋਝ ਮੋਢਿਆਂ 'ਤੇ ਲਈ ਫਿਰਦਾ। ਧੰਨਵਾਦ ਬਾਈਆਂ ਦਾ, ਬਹੁਤ ਬਹੁਤ ਬਾਈ, ਜਿਹੜਾ ਤੁਸੀਂ ਬਾਈ ਨੂੰ ਲੈ ਕੇ ਆਏ ਹੋ ਇੱਥੇ, ਅਤੇ ਅਸੀਂ ਬਾਈ ਦੇ ਗੁਨਾਹ ਨੂੰ ਬਖਸ਼ਾਉਣ ਵਿੱਚ ਇਹਦੀ ਮਦਦ ਕਰ ਸਕੀਏ। ਮਹਾਰਾਜ ਸਾਨੂੰ ਸਮਤ ਬੁੱਧੀ ਬਖਸ਼ਣ, ਹਿੰਮਤ ਬਖਸ਼ਣ, ਨਹੀਂ ਤਾਂ ਡਰਦੇ ਨੂੰ ਕੋਈ ਇੱਦਾਂ ਦੇ ਬੰਦੇ ਨੂੰ ਨੇੜੇ ਨਹੀਂ ਲਾਉਂਦਾ। ਪਤਾ ਨਹੀਂ ਸਾਨੂੰ ਪਰਮਾਤਮਾ ਨੇ ਇੱਦਾਂ ਦੀ ਸ਼ਕਤੀ ਦਿੱਤੀ, ਜਿਹੜਾ ਬਾਈਆਂ ਨੂੰ ਅਸੀਂ ਕਿਹਾ ਵੀ ਤੁਸੀਂ ਲਿਆਓ ਇੱਥੇ, ਕੋਈ ਨਾ ਆਪਾਂ ਬਲਵੀਰ ਬਾਈ ਦੀ ਜੋ ਵੀ ਮਦਦ ਕਰ ਸਕੇ ਕਰਾਂਗੇ। ਅੱਜ ਬਲਵੀਰ ਬਾਈ ਦੇ ਜਿਹੜਾ ਸਮਾਨ ਚੱਕਿਆ ਕੂੜਾ ਕਬਾੜਾ, ਅੱਜ ਮੈਂ ਬਾਈ ਦੱਸ ਕੇ ਹਟਿਆ, ਤੁਸੀਂ ਦੇਖੋ ਕਿਹੜੇ ਹਾਲਾਤਾਂ 'ਚ ਰੋਟੀ ਖਾਂਦਾ, ਚੱਪਲ ਵੱਢ ਕੇ ਅੱਗ ਲਾ ਕੇ ਉਹਦੇ 'ਚ ਰੋਟੀ ਗਰਮ ਕਰਕੇ, ਕਿਉਂਕਿ 18 ਸਾਲ ਜੇਲ੍ਹ 'ਚ ਇਹੀ ਕੁਛ ਕਰਕੇ ਆਇਆ ਬਾਈ। ਜੇਲ੍ਹ ਦੇ ਵਿੱਚ ਇੱਦਾਂ ਹੀ ਸੁੱਕੀਆਂ ਰੋਟੀਆਂ ਨਾਲ ਮਚਾ ਕੇ ਦਾਲ ਸਬਜ਼ੀ ਬਣਾਉਣੀ, ਜਾਂ ਚੱਪਲਾਂ ਵੱਢ ਕੇ ਉਹਨਾਂ ਤੋਂ ਦਾਲ ਸਬਜ਼ੀ ਬਣਾਉਣੀ, ਇੱਦਾਂ ਦੇ ਇਹਨੇ, ਕਿਉਂਕਿ ਇਹਨਾਂ ਦੇ ਕਿਹੜਾ ਵਿਚਾਰੇ ਨੇ ਕੋਈ ਮਗਰ ਮੁਲਾਕਾਤ ਹੀ ਜਾਂਦਾ ਸੀ। 18 ਸਾਲ ਤਾਂ ਕੋਈ ਪੁੱਛਣ ਵੀ ਨਹੀਂ ਗਿਆ ਵੀ ਤੂੰ ਜਿਉਂਦਾ ਕਿ ਮਰ ਗਿਆ, ਆਪੇ ਹੀ ਛੱਡਤਾ, ਆਪੇ ਹੀ ਪਿੰਡ ਆ ਗਿਆ। ਅਤੇ ਪਿੰਡੇ ਦੇ ਨਾਲ ਵੀ ਕਿੰਨਾ ਹੀ ਕੂੜਾ ਕਬਾੜਾ ਬਾਈ ਬੰਨੀ ਫਿਰਦਾ, ਆਹ ਸਾਰੀਆਂ ਚੀਜ਼ਾਂ ਅੰਦਰ ਭਰੀਆਂ ਹੋਈਆਂ ਆ ਬਲਵੀਰ ਬਾਈ ਦੇ ਜੇਬ ਦੇ। ਇੱਕ ਮਿੰਟ ਵੀਰ ਬਾਈ, ਕੁਛ ਨਹੀਂ ਕਰਨਾ, ਮੈਂ ਦੇਖਦਾ ਹੀ ਹਾਂ। ਤਾਂ ਦੇਖੋ ਕਿੱਦਾਂ ਬਾਈ ਨੇ ਬੋਰੇ ਭਰੇ ਹੋਏ ਨੇ, ਗਲ ਦੇ ਵਿੱਚ ਬੰਨੀ ਫਿਰਦਾ, ਨੀਰਾਂ ਕਚੀਰਾਂ। ਕੋਈ ਨਾ ਕੋਈ ਨਾ, ਕਿਉਂਕਿ ਆਉਣ ਲੱਗੇ ਰੋਟੀ ਜਲੇਬੀਆਂ ਲੈ ਕੇ ਦਿੱਤੀਆਂ ਸੀ, ਤੇ ਆਹ ਬਾਈ ਨੇ ਵਿੱਚ ਹੀ ਬਣ ਗਿਆ, ਰੋਟੀਆਂ ਵੀ ਇੱਥੇ ਆ ਬਾਈ ਆ ਸਰ। ਪੈਸੇ ਤਾਂ ਤਮਾਕੂ ਹੀ ਸਰ, ਪੈਸੇ ਵੀ ਹੋਣਗੇ ਤਮਾਕੂ ਵੀ ਹੋਣ। ਸ਼ਾਇਦ ਜਵਾਕ ਦੀ ਹੋਈ ਟਾਈ ਟੂਈ ਹੋਊਗੀ, ਹੈ ਨਾ, ਘਰੋਂ ਚੱਕੀ ਟਾਈ ਆ, ਉਹਦੀ ਟਾਈ ਆ ਜਵਾਕ ਦੀ ਹੋਈ। ਬਸ ਡੀ ਏ ਵੀ ਕਾਲਜ ਢੇਰੀਆਂ ਬਾਈ ਇਹਦੀਆਂ, ਇਹਦੇ ਸਾਰੇ ਜੇਲ੍ਹ ਦੇ ਜਿਹੜੇ ਨਾਲ ਸਾਥੀ ਸੀਗੇ ਸਾਰਿਆਂ ਦੇ ਨੰਬਰ ਆ ਬਾਈ ਇਹਦੇ ਕੋਲ। ਕਹਿੰਦਾ ਮੇਰਾ ਜੁੱਖਾ ਯਾਰ ਆ, ਉਹਨੂੰ ਫੋਨ ਲਾਓ ਅੱਜ, ਕਹਿੰਦਾ ਉਹਨੂੰ ਪੁੱਛੋ, ਕਹਿੰਦਾ ਵੀ ਮੈਂ ਜਾਵਾਂ ਤੁਹਾਡੇ ਨਾਲ, ਕਿ ਕਿਵੇਂ ਜਾਵਾਂ ਨਾ ਜਾਵਾਂ।
ਲਾਵਾਂਗੇ ਫੋਨ ਆਪਾਂ ਸੁੱਖੇ ਉਹਨਾਂ ਨੂੰ ਵੀ ਠੀਕ ਆ ਸਾਰੇ ਨੰਬਰ ਇਹਦੇ ਕੋਲ ਲਿਖੇ ਹੋਏ ਆ ਬਲਵੀਰ ਆ ਕੀ ਹੈ ਤੇਰੇ ਸਾਹਮਣੇ ਕੱਢਾਂਗੇ ਆਪਾਂ ਤੇਰੇ ਪੈਸੇ ਨੀ ਰੱਖਦੇ ਬਲਵੀਰ ਨੋਟਾਂ ਨੂੰ ਉਲੀ ਲੱਗੀ ਪਈ ਬਲਵੀਰ ਸਿੰਘ ਰੋਟੀਆਂ ਆ ਦੇਖੋ ਜੀ ਆ ਰੋਟੀਆਂ ਨਾ ਐਂ ਰੱਖ ਲੈਂਦੇ ਸੀਗੇ ਹੁਣ ਇਹਨੂੰ ਆਉਂਦੇ ਹੋਏ ਨਾ ਲੰਗਰ ਸੀਗਾ ਅਸੀਂ ਪੁੱਛਿਆ ਬਾਈ ਬਲਵੀਰ ਖਾਣਾ ਕੁਛ ਕਹਿੰਦਾ ਬਾਈ ਤੁਹਾਡੀ ਮਰਜ਼ੀ ਆ ਸਾਨੂੰ ਕਹਿੰਦਾ ਅਤੇ ਅਸੀਂ ਉੱਥੋਂ ਜਲੇਬੀਆਂ ਲੈ ਕੇ ਦਿੱਤੀਆਂ ਉਹਨਾਂ ਨੂੰ ਅਤੇ ਮੈਂ ਕਿਹਾ ਬਾਈ ਇਹ ਖਾ ਲਾ ਤੈਨੂੰ ਖਾਣ ਨੂੰ ਲਿਆ ਕੇ ਦਿੱਤੀਆਂ ਨਾਲੇ ਚਾਹ ਅਤੇ ਕਹਿੰਦਾ ਨਾ ਬਾਈ ਕਹਿੰਦਾ ਮੈਂ ਫੇਰ ਖਾਊਂਗਾ ਕਹਿੰਦਾ ਜੋ ਤੁਸੀਂ ਮੈਨੂੰ ਰੁਪਾਣੇ ਛੱਡ ਕੇ ਉਦੋਂ ਖਾਊਂਗਾ ਕਹਿੰਦਾ ਮੈਂ ਇਸੇ ਤਰ੍ਹਾਂ ਰੋਟੀਆਂ ਆ ਪਈਆਂ ਜਲੇਬੀਆਂ ਜਿਹੜੀਆਂ ਸਾਰਾ ਸਮਾਨ ਇਹਨੂੰ ਛੋਲੇ ਵੀ ਲੈ ਕੇ ਦਿੱਤੇ ਆ ਹੁਣ ਬਾਈ ਤੁਸੀਂ ਜਦੋਂ ਇੱਥੇ ਦਿੰਦੇ ਆ ਨਾ ਸ਼ਾਮ ਤਾਂ ਉਹ ਵੀ ਦਿੱਤੇ ਉਹ ਵੀ ਇਹਦੇ ਵਿੱਚ ਪਾ ਲਏ ਇਹਦੀ ਮਾਤਾ ਦੀ ਫੋਟੋ ਹੈ ਮਾਤਾ ਦੀ ਦੋਨੇ ਤੁਰ ਗਏ ਵਿਚਾਰੇ ਜੰਮਣ ਵਾਲੇ ਤਾਂ ਇਹ ਤੇ ਨੰਬਰ ਕਹਿੰਦਾ ਜੀ ਇੱਥੇ ਮੇਰੇ ਸੁੱਖੇ ਯਾਰ ਦਾ ਬੇਲੀ ਨੰਬਰ ਆ ਵੀ ਅੱਜ ਉਹਨੂੰ ਪੁੱਛੋ ਤੇ ਉਹਨੂੰ ਨਾਲ ਵੀ ਲੈ ਕੇ ਜਾਣਾ ਆਪਾਂ ਆਹੀ ਸਾਖਾ ਲਿਖੇ ਆ ਨੰਬਰ ਇਹਨਾਂ ਚੋਂ ਕਹਿੰਦਾ ਕਿਸੇ ਦਾ ਵੀ ਇੱਕ ਨੰਬਰ ਹੋਵੇ ਫੋਟੋ ਖਿੱਚ ਲਓ ਚੁੱਪ ਹੋਰ ਕੋਈ ਚੀਜ਼ ਵੀ ਤੇਰੇ ਕੋਲ ਜ਼ਰੂਰੀ ਕਾਗਜ਼ ਪੈਸੇ ਨਿਗਾਹ ਪੁੱਠੀ ਹੁੰਦੀ ਆ ਗਲੀਆਂ ਚ ਤੀਵੀਂ ਬਣਾ ਕੇ ਨੱਚਣ ਲਾ ਆਉਂਦਾ ਬੰਦੇ ਤੇ ਜਦੋਂ ਉਹਦੀ ਸਿੱਧੀ ਹੁੰਦੀ ਆ ਨਿਗਾਹ ਨਾ ਤੇ ਇੱਕ ਸਾਉ ਇੱਕ ਸ਼ਰਮੀਲੇ ਸੁਭਾਅ ਦੀ ਔਰਤ ਵੀ ਮਰਦ ਵਾਂਗ ਲੜ ਪੈਂਦੀ ਆ ਆਪਣੇ ਆਪ ਨੂੰ ਬਚਾਉਣ ਖਾਤਰ ਆਪਣਿਆਂ ਨੂੰ ਬਚਾਉਣ ਖਾਤਰ ਆਪਣੇ ਸਮਾਜ ਦੇ ਵਿੱਚ ਕਿੰਨੀਆਂ ਹੀ
ਇਸ ਤਰ੍ਹਾਂ ਦੀਆਂ ਉਦਾਹਰਨਾਂ। ਇਹ ਵੀ ਇੱਕ ਉਦਾਹਰਨ ਆ ਵੀ ਜਦੋਂ ਮਰਦ ਆਪਦੇ ਹੰਕਾਰ 'ਚ ਆ ਕੇ ਕੋਈ ਪੁੱਠਾ ਕਰਮ ਕਰਦਾ, ਜਦੋਂ ਆਪਣੇ ਖੂਨ ਨੂੰ ਖਤਮ ਕਰਨ 'ਤੇ ਤੁਰ ਪੈਂਦਾ ਤਾਂ ਮਰਦ ਤੋਂ ਔਰਤ ਬਣਾ ਦਿੰਦਾ ਉੱਪਰ ਵਾਲਾ। ਸਮਝਣ ਵਾਲਾ ਸਮਝ ਜਾਵੇ, ਸਿੱਖਿਆ ਲਿਓ ਕੋਈ। ਇਹ ਜੇਲ੍ਹ ਦਾ ਸ਼ੀਸ਼ਾ ਤੇਰਾ ਹੈ, ਜੇਲ੍ਹਾਂ 'ਚ ਵੀ ਇੱਦਾਂ ਦੇ ਚੱਲਦੇ ਆ ਨਾ ਕੰਮ, ਹੈ ਨਾ। ਕਿਉਂਕਿ 18 ਸਾਲ ਜੇਲ੍ਹ 'ਚ ਸਰਵਾਈਵ ਕਰਕੇ ਆਇਆ, 18 ਸਾਲ ਕੋਈ ਮੁਲਾਕਾਤ ਹੀ ਨਹੀਂ, ਕੋਈ 1 ਰੁਪਈਏ ਦੀ ਮਦਦ ਨਹੀਂ ਕਿਸੇ ਵੱਲੋਂ, ਬਸ ਉਹਦੀ ਸੇਵਾ ਕਰ ਲਈ, ਉਹਦੀ ਸੇਵਾ ਕਰ ਲਈ, ਉਹਦੀਆਂ ਰੋਟੀਆਂ ਲਾਤੀਆਂ, ਉਹਦੇ ਕੱਪੜੇ ਧੋਤੇ, ਉਹਦੀ ਬੈਰਕ ਧੋਏ ਆਉਂਦੀ, ਉਹਦੀ ਬੈਰਕ ਸਾਫ਼ ਕਰਤੀ, ਇੱਦਾਂ ਹੀ ਕੱਢਿਆ। ਕਿਉਂ ਵੀਰਿਆ ਇੱਦਾਂ ਹੀ ਚੱਲਦਾ ਹੀ ਨਾ। ਅਤੇ ਜੇਲ੍ਹ ਦੀਆਂ ਜਾ ਰਹੀਆਂ ਇਹੋ ਜਿਹੀਆਂ ਹੁੰਦੀਆਂ ਵੀ ਉੱਥੇ ਉੱਥੇ ਹੀ ਹੁੰਦੀਆਂ ਉਹ, ਬਾਅਦ 'ਚ ਕੋਈ ਨਹੀਂ, ਕੋਈ ਸੁੱਖਾ ਨਹੀਂ, ਕੋਈ ਭਾਲਾ ਨਹੀਂ, ਕੋਈ ਭੋਲਾ ਨਹੀਂ। ਬਲਵੀਰ ਜਿਹੜੇ ਹਾਲਾਤਾਂ 'ਚ ਆ ਨਾ, ਇਹਦੇ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਆ ਵੀ ਗੁੱਸਾ ਇੰਨਾ ਚੰਡਾਲ ਹੁੰਦਾ, ਕ੍ਰੋਧ ਕਈ ਵਾਰੀ ਜ਼ਿੰਦਗੀ 'ਚ ਸਾਤੋਂ ਇਹੋ ਜਿਹੇ ਫੈਸਲੇ ਕਰਾ ਦਿੰਦਾ, ਲਮਹੋਂ ਨੇ ਖਤਾ ਕੀ ਸਦੀਓ ਨੇ ਸਜ਼ਾ ਪਾਈ। ਪਤਾ ਨਹੀਂ ਕਿੰਨੀਆਂ ਸਦੀਆਂ ਲੱਗ ਜਾਣੀਆਂ ਇਹ ਗੁਨਾਹ ਨੂੰ ਭੁਗਤਦੇ ਆ। ਅਤੇ ਕੰਮ 1 ਮਿੰਟ ਦਾ ਉਹ ਫੈਸਲਾ, ਬਸ 1 ਸੈਕਿੰਡ ਦਾ ਉਹ ਫੈਸਲਾ, ਜੇ ਟਲ ਜਾਂਦਾ, ਜੇ ਟਲ ਜਾਂਦਾ ਅੱਜ ਵੀਰਾ ਪੋਤਿਆਂ ਪੋਤੀਆਂ ਵਾਲਾ ਹੋਣਾ ਸੀ, ਅਤੇ ਉਹ 1 ਮਿੰਟ ਦੇ ਫੈਸਲੇ ਨੇ। ਕਿਉਂ ਵੀਰਿਆ ਮੰਨਦਾ ਗੱਲ ਵੀ ਜੇ ਉਦਣ ਉਹ ਗੁਨਾਹ ਨਾ ਕਰਦਾ ਅੱਜ ਪੋਤੇ ਵੀ ਹੋਣੇ ਸੀ, ਪੋਤੀਆਂ ਵੀ ਹੋਣੀਆਂ ਸੀ, ਹੈ ਨਾ। ਕੀ ਨਾਂ ਸੀ ਮੁੰਡੇ ਦਾ? ਗੁਰਦਾਸ। ਤੁਹਾਡੀ ਗੱਲ ਮੰਨਦਾ ਜੀ, ਪਤਾ ਚੱਕਰ ਪਤਾ ਕੀ ਆ, ਕਿਉਂਕਿ ਜਦੋਂ ਬੰਦੇ ਦੀ ਕੋਲ ਖਤਮ ਹੋ ਜਾਏ ਨਾ ਤੇ ਉਹਨੂੰ ਘਰ 'ਚ ਕੁਛ ਨਹੀਂ ਰਹਿੰਦਾ ਜੀ, ਕਿਉਂਕਿ ਜਿਵੇਂ ਮਤਲਬ ਜਿਵੇਂ ਤੁਸੀਂ ਅੱਖੀ ਜਾਂਦੇ ਹੋ ਉਹਦੇ ਗਾਂਹ ਪਰਿਵਾਰ ਵਧਣਾ ਸੀਗਾ, ਕਿਉਂਕਿ ਉਸੇ ਪਰਿਵਾਰ ਨੇ ਮੈਨੂੰ ਸਾਂਭਣਾ ਸੀਗਾ। ਜਿਵੇਂ ਜਿਵੇਂ ਉਹਦਾ ਪਰਿਵਾਰ ਵੱਧਦਾ ਜਾਂਦਾ ਐਵੇਂ ਐਵੇਂ, ਕਿਉਂਕਿ ਉਹਨਾਂ ਨੇ ਮੈਨੂੰ ਸਾਂਭਣਾ ਸੀਗਾ, ਕਿਉਂਕਿ ਗਾਂ ਉਹਨਾਂ ਨੇ ਸਾਂਭਣਾ ਸੀਗਾ, ਜਵਾਕਾਂ ਨੂੰ ਸਾਂਭਣਾ ਸੀਗਾ, ਕਿਉਂਕਿ ਜਿਹੜੀ ਵੱਡੀ ਮੇਨ ਗੱਲ ਸੀਗੀ, ਕਿਉਂਕਿ ਇੱਕ ਵਾਰੀ ਬੰਦੇ ਦਾ ਮੁੱਢ ਪੱਟਿਆ ਜਾਵੇ ਨਾ ਤੇ ਕਿਉਂਕਿ ਉਹੋ ਹੀ ਬਸ ਉੱਥੇ ਫਿਰ ਕੁਛ ਹੋਣੀ ਜਾਂਦਾ ਜੀ, ਬੰਜਰ ਹੋ ਜਾਂਦੀ ਹੈ ਜ਼ਮੀਨ, ਲੈ ਲਹਾਉਂਦੀਆਂ ਫਸਲਾਂ ਮੱਚ ਜਾਂਦੀਆਂ। ਬਾਬੇ ਮਾਂ ਦਾ ਗੁਰਦਾਸ ਨਾਮ ਰੱਖਿਆ ਸੀ, ਦੇਖੋ ਕਿੰਨਾ ਸੋਹਣਾ ਨਾਮ, ਕਿੰਨਾ ਖੂਬਸੂਰਤ ਨਾਮ ਰੱਖਿਆ ਸੀ ਗੁਰਦਾਸ। ਤੇ ਜਦੋਂ ਗੁਰਦਾਸ ਨੂੰ ਚਾਚੇ ਪਿਓ ਨੇ ਧੱਕਾ ਦਿੱਤਾ, ਪਹਿਲਾਂ ਤਾਂ ਕਰਮ ਉਹਦੇ ਪਿਓ ਖੋਲਿਆ ਰੱਬ ਨੇ, ਚਾਚਾ ਪਿਓ ਬਣਾਤਾ, ਤੇ ਪਿਓ ਚਾਚਾ ਪਿਓ ਬਣ ਕੇ ਵੀ ਦੁਸ਼ਮਣ ਬਣ ਗਿਆ। 1 ਮਿੰਟ ਮੇਰੀ ਗੱਲ ਸੁਣ ਲਈ ਜੀ, ਕਿਉਂਕਿ ਤੁਹਾਡੇ ਕੋਲ ਸਾਰਾ ਕੁਝ ਆ ਜਰਾ, ਕਿਉਂਕਿ ਮੈਨੂੰ ਕੱਖ ਵੀ ਨਾ ਪਾਉਂਦੇ ਇਹਦੇ ਵਿੱਚੋਂ ਦਿਓ ਤੁਸੀਂ, ਕਿਉਂਕਿ ਤੁਹਾਡੇ ਅੱਗੇ ਮੇਰੀ ਬੇਨਤੀ ਵੀ ਹੈ, ਕਿਉਂਕਿ ਨਾ ਮੈਂ ਨਾ ਪਰਮਾਤਮਾ ਦੇ ਪਤਾ ਨਹੀਂ ਕਿਵੇਂ ਤੁਰਿਆ ਫਿਰਦਾ ਹੈਗਾ, ਕਿਉਂਕਿ ਨਾ ਇੱਕ ਵਾਰ ਤੁਸੀਂ ਮੈਨੂੰ ਘਰੇ ਛੱਡਦੇ ਜੀ,
ਕਿਉਂਕਿ ਇਹ ਮੇਰੀ ਬੇਨਤੀ ਹੈ, ਕਿਉਂਕਿ ਉੱਥੇ ਭਾਵੇਂ ਮਰਾਂ ਭਾਵੇਂ ਜੀਵਾਂ, ਠੀਕ ਹੈ ਨਾ, ਕਿਉਂਕਿ ਮੇਰੇ ਤੋਂ ਬਾਈ ਦੁੱਖ ਨਹੀਂ ਦੇਖੇ ਜਾਂਦੇ ਗੇ, ਕਿਉਂਕਿ ਮੈਂ ਦੁਖੀ ਕੋਈ ਹੌਸਲਾ ਰੱਖ, ਹੌਸਲਾ ਰੱਖ, ਰੋ ਨਾ ਹੁਣ, ਹੌਸਲਾ ਰੱਖ, ਰੋ ਨਾ ਬਲਵੀਰ ਸਿੰਘ, ਹੌਸਲਾ ਰੱਖ। ਬਸ ਹੁਣ ਤਾਂ ਅਰਦਾਸ ਕਰ, ਤੂੰ ਜਿੱਥੇ ਲੈ ਆਇਆ ਨਾ ਬਾਬਾ ਕਹਿ, ਬਸ ਉੱਥੇ ਮੈਨੂੰ ਬਖਸ਼ ਲਾ। ਬਸ ਤੈਨੂੰ ਕੀ ਲੱਗਦਾ ਇੱਥੇ ਕੌਣ ਲੈ ਕੇ ਆਇਆ ਤੈਨੂੰ? ਪਰਮਾਤਮਾ ਹੀ ਲਿਆਇਆ। ਹਾਂਜੀ, ਆ ਜਿਹੜੀ ਅਜਾ ਫੁੱਲਾ ਫਾਲੀ ਕੀਤੀ ਆ, ਇਹ ਉਹਦੇ ਹੁਕਮ ਤੋਂ ਬਿਨਾਂ ਹੋ ਗਈ ਕਿਤੇ? ਆ ਜਿਹੜਾ ਤੇਰਾ ਭਾਰ ਲੈ ਗਿਆ ਇੰਨਾ, ਕੁਛ ਨੀ, ਪਰ ਨਾਲ ਕੁਛ ਨੀ ਜਾਂਦਾ ਬਾਈ ਜੀ, ਇੰਨੀ ਥਾਂ ਜਾਂਦੀ, ਚਾਹੇ ਚੱਲੀਡਾ ਉਹ ਵੀ ਨੀ ਜਾਂਦੀ ਬਾਈ, ਚਿੱਟਾ ਲੀਡਾ ਹੋਊਗਾ ਚਾਹੇ ਉੱਤੇ, ਉਹ ਹੋ ਜਾਂਦਾ, ਉਹ ਵੀ ਨੀ ਜਾਂਦਾ ਬਾਈ, ਉਹ ਵੀ ਕੀ ਪਤਾ ਲਾ ਦਿੰਦੇ ਆ ਅਗਲੇ, ਰਾਖ ਬਣ ਜਾਣੀਆਂ ਮੁੱਠੀਆਂ ਚਾਰ ਰਾਖ ਦੀਆਂ, ਬਸ 700 ਬੰਦੇ ਦੇ ਪਾ ਕੇ ਆਏ ਆ ਫੁੱਲ ਹੁਣ ਤੱਕ, ਦੋ ਢਾਈ ਕਿਲੋ ਕਈਆਂ ਦੀ ਤਾਂ ਅੱਧਾ ਕਿਲੋ ਵੀ ਨੀ ਰਹਿੰਦੀ, ਹਵਾ ਹੀ ਬਣ ਜਾਂਦਾ ਬੰਦਾ। ਬਲਵੀਰ ਸਿੰਘ ਨਾਲ ਜੇ ਕੁਛ ਜਾਣਾ ਤਾਂ ਇਹੀ ਆ ਵੀ ਜਿਹੜਾ ਉਹਦੇ ਚਰਨਾਂ 'ਚ ਲਾ ਕੇ ਚਾਰ ਦਿਨ ਕੱਟ ਲੇਗਾ ਉਹਨੇ ਜਾਣਾ ਨਾਲ, ਹੱਡ ਮਾਸ ਕਿਤੇ ਨੀ ਜਾਂਦਾ ਨਾਲ, ਬਸ ਫਿਰ ਏਦਾਂ ਸੋਚ ਹੁਣ ਵੀ ਤੈਨੂੰ ਬਾਬੇ ਨੇ ਇੱਥੇ ਭੇਜਿਆ, ਤੈਨੂੰ ਇੱਥੇ ਬੁਲਾ ਕੇ ਉਹਨੇ ਆਪਦੇ ਘਰ ਸੇਵਾ ਲਾਈ ਆ, ਹਜੇ ਵੀ ਤੇਰਾ ਕੋਈ ਚੰਗਾ ਕਰਮ ਕੀਤਾ ਸੀ ਵੀ ਜਿਹੜਾ ਤੈਨੂੰ ਇਸ ਘਰ 'ਚ ਬੁਲਾਇਆ ਬਾਬੇ ਨੇ, ਇੱਥੇ ਆ ਕੇ ਹੁਣ ਤੈਨੂੰ ਇਸ਼ਨਾਨ ਪਾਣੀ ਕਰਾਉਂਦੇ ਆ, ਸਵੇਰੇ ਨਹਾ ਧੋ ਕੇ ਗੁਰਦੁਆਰੇ ਬਹਿਣਾ, ਪਾਠ ਸੁਣਨਾ, ਔਰ ਜਿੰਨੀ ਕੁ ਸੇਵਾ ਹੁੰਦੀ ਸੇਵਾ ਕਰਨੀ ਆ, ਦਵਾਈ ਖਾਣੀ ਆ, ਰੋਟੀ ਪਾਣੀ ਪ੍ਰਸ਼ਾਦਾ ਤੈਨੂੰ ਵਧੀਆ ਤਾਜ਼ਾ ਮਿਲੂਗਾ, ਫਲ ਫਰੂਟ ਮਿਲੂਗਾ, ਸਭ ਕੁਛ ਮਿਲੂਗਾ, ਲੀੜਾ ਕੱਪੜਾ ਧੋਤਾ ਹੋਇਆ ਮਿਲੂਗਾ, ਠੀਕ ਆ? ਕੋਈ ਨਾ, ਬਸ ਕਰਿਓ ਜੀ, ਗੁਰਦਾਸ ਦੇ ਗੁਨਾਹਾਂ ਦੀ ਮਾਫੀ ਮਿਲੇ ਬਲਵੀਰ ਸਿੰਘ ਨੂੰ, ਕਰਿਓ ਅਰਦਾਸ, ਕਰਿਓ ਕਿਰਪਾ।